ਪੰਜਾਬੀ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਖਬਰ, ਆਧਾਰ ਕਾਰਡ ਅੱਜ ਦੇ ਸਮੇਂ ਵਿੱਚ ਬਹੁਤ ਮਹੱਤਵਪੂਰਨ ਡਾਕੂਮੈਂਟ ਬਣ ਗਿਆ। ਹਰ ਥਾਂ ਇਸ ਦੀ ਲੋੜ ਪੈ ਰਹੀ ਹੈ। ਕਈ ਵਾਰ ਆਧਾਰ ਕਾਰਡ ਦੇ ਬਿਨਾਂ ਕੰਮ ਰੁਕ ਜਾਂਦਾ ਹੈ। ਆਧਾਰ 12 ਅੰਕਾਂ ਦਾ ਇੱਕ ਵਿਸ਼ੇਸ਼ ਨੰਬਰ ਹੈ। ਇਸ ਨੂੰ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ ਜਾਰੀ ਕਰਦੀ ਹੈ। ਸਭ ਦੇ ਲਈ ਇਹ ਇੱਕ ਵੱਖਰਾ ਨੰਬਰ ਹੁੰਦਾ ਹੈ। ਭਾਰਤ 'ਚ ਕੋਈ ਪਛਾਣ ਪੱਤਰ ਬਣਾਉਣਾ, ਅਕਾਊਂਟ ਖੁਲਾਉਣਾ ਜਾਂ ਕਿਸੇ ਯੋਜਨਾ ਦਾ ਲਾਭ ਲੈਣ ਵਾਸਤੇ ID ਪਰੂਫ ਦੇਣਾ ਪੈਂਦਾ। ਇੱਥੋਂ ਤੱਕ ਕਿ ਆਧਾਰ ਬਣਾਉਂਦੇ ਸਮੇਂ ਵੀ ID ਕਾਰਡ ਲੱਗਣਾ ਜ਼ਰੂਰੀ ਹੈ, ਪਰ ਹੁਣ ਬਿਨਾਂ ਡਾਕੂਮੈਂਟ DL ਰਾਸ਼ਨ ਕਾਰਡ, ਪਾਸਪੋਰਟ ਜਾਂ ਵੋਟਰ ID ਕਾਰਡ ਦੇ ਆਧਾਰ ਕਾਰਡ ਬਣ ਸਕਦੇ ਨੇ। ਮੰਨ ਲਓ ਜੇਕਰ ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ ਤਾਂ ਤੁਹਾਡਾ ਆਧਾਰ ਕਾਰਡ ਕਿੰਝ ਬਣੇਗਾ? ਅਜਿਹੇ 'ਚ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਆਧਾਰ ਕਾਰਡ ਲੈ ਕੇ ਉਸ ਤੋਂ ਆਪਣਾ ਆਧਾਰ ਕਾਰਡ ਬਣਵਾ ਸਕਦੇ ਹੋ। ਹਾਲਾਂਕਿ ਇਹ ਜ਼ਰੂਰੀ ਹੈ ਕਿ ਤੁਹਾਡੇ ਪਰਿਵਾਰ 'ਚ ਕਿਸੇ ਦਾ ਆਧਾਰ ਕਾਰਡ ਬਣਿਆ ਹੋਵੇ। ਉਂਝ ਤੁਹਾਡੇ ਪਰਿਵਾਰ ਦੇ ਮੁਖੀ ਦਾ ਆਧਾਰ ਕਾਰਡ ਬਣਿਆ ਹੋਵੇ, ਮੁਖੀ ਦੇ ਆਧਾਰ ਕਾਰਡ ਹੋਵੇ ਤਾਂ ਉਂਝ ਤੁਹਾਡੇ ਪਰਿਵਾਰ ਦੇ ਮੁਖੀਆਂ ਦਾ ਆਧਾਰ ਕਾਰਡ ਹੋਵੇ ਤਾਂ ਉਸ 'ਤੇ ਨਵਾਂ ਆਧਾਰ ਕਾਰਡ ਬਣਾਉਣ 'ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਦਰਅਸਲ UIDAI ਪਰਿਵਾਰ ਦੇ ਮੁਖੀ ਦੇ ਨਾਲ ਤੁਹਾਡੇ ਰਿਲੇਸ਼ਨਸ਼ਿਪ ਦਾ ਡਾਕੂਮੈਂਟ ਮੰਗਿਆ ਜਾਂਦਾ ਹੈ। ਜੇਕਰ ਇਹ ਸੰਭਵ ਹੈ ਤਾਂ ਤੁਸੀਂ ਵੀ ਆਧਾਰ ਕਾਰਡ ਬੜੀ ਆਸਾਨੀ ਨਾਲ ਬਣਵਾ ਸਕਦੇ ਹੋ। ਤੁਸੀਂ ਆਧਾਰ ਕਾਰਡ ਇੰਟਰੋਡਿਊਸਰ ਦੀ ਮਦਦ ਲੈ ਸਕਦੇ ਹੋ। ਘਰ ਦੇ ਮੁਖੀ ਦੇ ਨਾਲ ਆਪਣਾ ਰਿਲੇਸ਼ਨ ਬਣਾਉਣ ਲਈ ਆਧਾਰ ਕਾਰਡ ਬਣਾਉਣ ਵਾਲੇ ਬਿਨੇਕਾਰ ਨੂੰ ਕੁਝ ਦਸਤਾਵੇਜ਼ਾਂ ਦੀ ਜ਼ਰੂਰਤ ਪੈਂਦੀ ਹੈ, ਜਿਸ ਵਿੱਚ PDS ਕਾਰਡ ਤੋਂ ਇਲਾਵਾ ਹੋਰ ਕਾਫ਼ੀ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਨਾਲ ਚਾਹੀਦੀਆਂ ਨੇ। ਬਦਕਿਸਮਤੀ ਨਾਲ ਜੇਕਰ ਤੁਹਾਡਾ ਆਧਾਰ ਕਾਰਡ ਗੁੰਮ ਹੋ ਗਿਆ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਬਣਵਾ ਸਕਦੇ ਹੋ। UIDAI ਦੀ ਵਰਤੋਂ ਆਧਾਰ ਮੋਬਾਈਲ ਐਪ ਲਾਂਚ ਕੀਤਾ ਗਿਆ, ਜਿਸ ਐਪ 'ਤੇ ਤੁਸੀਂ ਆਪਣਾ ਮੋਬਾਈਲ ਫੋਨ ਡਾਊਨਲੋਡ ਕਰਕੇ, ਹਾਲਾਂਕਿ ਐਮ ਆਧਾਰ ਐਪ ਦੀ ਵਰਤੋਂ ਕਰਨ ਲਈ ਤੁਹਾਡਾ ਮੋਬਾਈਲ ਨੰਬਰ ਰਜਿਸਟਰਡ ਹੋਣਾ ਚਾਹੀਦਾ। ਜੇਕਰ ਤੁਹਾਡਾ ਨਵਾਂ ਨੰਬਰ ਅਪਡੇਟ ਨਹੀਂ ਹੈ ਤਾਂ ਤੁਹਾਡੇ ਕੋਲ ਰਜਿਸਟਰਡ ਮੋਬਾਈਲ ਨੰਬਰ ਨਹੀਂ ਹੈ ਤਾਂ ਤੁਸੀਂ ਕਿਸੇ ਆਧਾਰ ਸੈਂਟਰ ਵਿੱਚ ਜਾ ਕੇ ਆਪਣਾ ਨੰਬਰ ਪਹਿਲਾਂ ਅਪਡੇਟ ਕਰਵਾ ਸਕਦੇ ਹੋ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ aajnewsbala.com ਦੇ ਨਾਲ। ਮਾਤਾ ਜੀ ਪੂਜਾ ਦੇਵੀ, ਕਾਲੀ ਉਪਾਸਕ, ਹਰ ਸਮੱਸਿਆ ਦਾ ਸਮਾਧਾਨ 2 ਘੰਟਿਆਂ 'ਚ ਘਰ ਬੈਠੇ ਕਰਵਾਓ। ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਾਉਣਾ ਜਾਂ ਤੁੜਵਾਉਣਾ, ਕੀਤਾ ਕਰਵਾਇਆ ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਣਬਣ, ਗੁਪਤ ਰੋਗ, ਲਾਟਰੀ ਨੰਬਰ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਿਆ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗਾਂ ਤੋਂ ਪਰੇਸ਼ਾਨ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਮਾਤਾ ਜੀ ਪੂਜਾ ਦੇਵੀ, ਕਾਲੀ ਉਪਾਸਕ, ਅੱਜ ਹੀ ਫੋਨ ਕਰੋ 8146707852।